ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਇਸ ਵੇਲੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਲਾਲਾਬਾਦ ਦੇ PNB ਬੈਂਕ ਦੇ ਸਾਹਮਣੇ ਕਰਨ ਲੋਟਰੀ ਸਟਾਲ ਦੀਆਂ। ਦੱਸ ਦਈਏ ਕਿ ਬੀਤੀ ਰਾਤ ਵਿਸਾਖੀ ਬੰਪਰ ਪੰਜਾਬ ਸਰਕਾਰ ਦੇ ਵੱਲੋਂ ਜੋ ਸ਼ੁਰੂ ਕੀਤਾ ਗਿਆ ਸੀ ਉਹ ਡਰਾ ਨਿਕਲਿਆ ਹੈ। ਔਰ ਦੱਸ ਦਿੰਦੀ ਹਾਂ ਤੁਹਾਨੂੰ ਕਿ ਜਲਾਲਾਬਾਦ ਦੇ ਵਿੱਚ ਵੀ ਇਸ ਡਰਾ ਦਾ ਇੱਕ ਇਨਾਮ ਜਿਹੜਾ ਉਹ ਨਿਕਲਿਆ, ਵੱਡਾ ਇਨਾਮ ਨਿਕਲਿਆ। ਲੇਕਿਨ ਹੁਣ ਦਿੱਕਤ ਇਹ ਹੈਗੀ ਹੈ ਕਿ ਇਸ ਲਾਟਰੀ ਸਟਾਲ ਤੋਂ ਇਨਾਮ ਨਿਕਲਿਆ ਲੇਕਿਨ ਮਾਲਕ ਕੌਣ ਹੈ ਇਸ ਦਾ ਪਤਾ ਨਹੀਂ ਲੱਗ ਰਿਹਾ। ਤਾਂ ਕਰਨ ਹੁਣਾਂ ਨਾਲ, ਬਾਈ ਹੁਣਾਂ ਨਾਲ ਗੱਲਬਾਤ ਕਰਦੇ ਹਾਂ, ਜਾਣਦੇ ਇਹਨਾਂ ਤੋਂ ਕਿ ਅਸਲੀ ਮਾਜ਼ਰਾ ਜਿਹੜਾ ਹੈਗਾ ਉਹ ਕੀ ਹੈ। ਜੀ ਭਾਅ ਜੀ, ਸਤਿ ਸ਼੍ਰੀ ਅਕਾਲ ਸਰ ਜੀ। ਸਰ ਆਪਣੇ ਪਹਿਲਾਂ ਤਾਂ ਮੁਬਾਰਕਾਂ ਤੁਹਾਨੂੰ ਵੀ ਸਰ ਜੀ, ਸਾਰੇ ਜਲਾਲਾਬਾਦ ਨੂੰ ਜੀ। 10 ਲੱਖ ਦਾ ਪ੍ਰਾਈਜ਼ ਆਪਣੇ ਕੋਲੋਂ ਵਿਸਾਖੀ ਬੰਪਰ 'ਚ ਲੱਗਿਆ ਜੀ, ਜਿਸ ਦਾ ਨੰਬਰ ਹੈ 77-56-41। ਲੇਕਿਨ ਇਹ ਪਰਸੋਂ ਟਿਕਟ ਲੈ ਗਏ ਸੀਗੇ, ਨੰਬਰ ਔਰ ਨਾਮ ਕੁਛ ਨਹੀਂ ਲਿਖਾ ਕੇ ਗਏ। ਅਤੇ ਹੁਣ ਰਾਤ ਜਦੋਂ ਰਿਜ਼ਲਟ ਆਇਆ ਹੈ ਤਾਂ ਆਪਣਾ ਨਾਮ ਇਸ 'ਤੇ ਸ਼ੋਅ ਵੀ ਕਰ ਰਿਹਾ, ਜੋ ਆਪਾਂ ਦਿਖਾ ਸਕਦੇ ਹਾਂ। ਲਓ ਜੀ, ਹਾਂਜੀ ਹਾਂਜੀ। ਅਤੇ ਉਹ ਜੋ ਕਸਟਮਰ ਆ ਉਹ ਆਪਣਾ ਐਡਰੈਸ ਔਰ ਫੋਨ ਨੰਬਰ ਕੁਛ ਨਹੀਂ ਲਿਖਾ ਕੇ ਗਿਆ, ਹੁਣ ਉਹ ਬੰਦਾ ਮਿਲ ਨਹੀਂ ਰਿਹਾ ਹੈਗਾ। ਤੋ ਸਾਰਿਆਂ ਨੂੰ ਇਹ ਅਪੀਲ ਹੈ ਕਿ ਜਿਹੜੇ ਵੀ ਆਪਣੇ ਕੋਲੋਂ ਟਿਕਟਾਂ ਖਰੀਦਦੇ ਆ, ਟਿਕਟ ਜ਼ਰੂਰ ਚੈੱਕ ਕਰਵਾਓ। ਜਲਾਲਾਬਾਦ 'ਚੋਂ ਕਿਸੇ ਤੋਂ ਵੀ ਟਿਕਟ ਲਈ ਆ, ਕਿਉਂਕਿ ਆਪਣੇ 7-8 ਡੀਲਰ ਟਿਕਟਾਂ ਵੇਚ ਰਹੇ ਸੀਗੇ। ਅਤੇ ਤੁਸੀਂ ਆਪਣੇ ਮੇਨ ਕਾਊਂਟਰ PNB ਬੈਂਕ ਦੇ ਸਾਹਮਣੇ, ਇੱਕ ਕਾਊਂਟਰ ਆਪਣਾ ਮੰਡੀ ਦੇ ਵਿੱਚ ਲੱਗਦਾ ਸਬਜ਼ੀ ਮੰਡੀ 'ਚ, ਇੱਕ ਨੇੜੇ RK ਹੋਟਲ ਦੇ, ਤੁਸੀਂ ਕਿਸੇ ਵੀ ਕਾਊਂਟਰ ਤੋਂ ਆਪਣੀ ਟਿਕਟ ਚੈੱਕ ਕਰਵਾ ਸਕਦੇ ਹੋ। ਅਤੇ ਜ਼ਰੂਰ ਜਲਦੀ ਤੋਂ ਜਲਦੀ ਆਪਣੀ ਟਿਕਟ ਚੈੱਕ ਕਰਵਾਓ। ਇਹ 500 ਰੁਪਏ ਦੀ ਲਾਟਰੀ ਸੀਗੀ ਜੀ, ਵਿਸਾਖੀ ਬੰਪਰ ਦਾ ਡਰਾ ਸੀਗਾ, 2.5 ਕਰੋੜ ਦਾ ਫਸਟ ਪ੍ਰਾਈਜ਼ ਸੀ, ਉਹਦੇ ਵਿੱਚੋਂ ਸੈਕਿੰਡ ਪ੍ਰਾਈਜ਼ 10 ਲੱਖ ਦਾ ਹਿੱਟ ਆਪਣੇ ਕੋਲੋਂ ਹੋਇਆ ਜੀ। ਹਾਂਜੀ, 10 ਲੱਖ ਦਾ। ਨਹੀਂ ਜੀ, ਕਈ ਕਸਟਮਰ ਆਪਣਾ ਨਾਮ ਨਹੀਂ ਲਿਖਵਾ ਕੇ ਜਾਂਦੇ, ਉਹ ਕਹਿੰਦੇ ਅਸੀਂ ਆਪਣੇ ਆਪ ਘਰੋਂ ਚੈੱਕ ਕਰ ਲਾਂਗੇ ਜੀ। ਇਸ ਕਰਕੇ ਹਜੇ ਤੱਕ ਕੋਈ ਪਤਾ ਨਹੀਂ ਲੱਗ ਰਿਹਾ, ਨਾ ਹੀ ਹਜੇ ਕਿਸੇ ਦੀ ਕਾਲ ਆਈ ਹੈ, ਕਿਉਂਕਿ ਅਸੀਂ ਆਪਣਾ ਪੂਰਾ ਐਡਰੈਸ ਉਹਨਾਂ ਨੂੰ ਦਿੰਦੇ ਹਾਂ, ਆਪਣੇ ਜੋ ਪੂਰਾ ਐਡਰੈਸ ਆ, ਆਪਣੇ ਨੰਬਰ, ਆਪਣਾ ਸਾਰਾ ਕੁਛ ਉਹਨਾਂ ਨੂੰ ਲਿਖ ਕੇ ਦਿੰਦੇ ਹਾਂ। ਲੇਕਿਨ ਹਜੇ ਤੱਕ ਕੋਈ ਕਿਸੇ ਨੇ ਕਾਲ ਨਹੀਂ ਕੀਤੀ ਹੈ ਅਤੇ ਨਾ ਹੀ ਹਜੇ ਕੋਈ ਆਪਣੇ ਕੋਲ ਆਇਆ। ਤੋ ਸਾਰਿਆਂ ਨੂੰ ਬੇਨਤੀ ਹੈ ਕਿ ਆਪਣੀ ਆਪਣੀ ਟਿਕਟ ਜ਼ਰੂਰ ਚੈੱਕ ਕਰਵਾਓ, ਸਾਡੇ ਕਾਊਂਟਰ 3 ਕਾਊਂਟਰਾਂ ਤੋਂ ਕਿਸੇ ਵੀ ਕਾਊਂਟਰ ਤੋਂ ਆਪਣੀ ਟਿਕਟ ਚੈੱਕ ਕਰਵਾ ਸਕਦੇ ਹੋ ਤੁਸੀਂ। ਦੂਜਾ ਨਾਮ ਜਿਹੜਾ ਹੈਗਾ ਉਹ ਨਿਕਲਿਆ ਵਿਸਾਖੀ ਬੰਪਰ। ਹਾਂਜੀ ਹਾਂਜੀ, ਵਿਸਾਖੀ ਬੰਪਰ ਦਾ ਜੀ, 10 ਲੱਖ ਦਾ ਪ੍ਰਾਈਜ਼ ਸੀਗਾ। ਤੁਹਾਨੂੰ ਵੀ ਕੋਈ ਫਾਇਦਾ ਹੋਏਗਾ? ਹਾਂਜੀ ਹਾਂਜੀ, ਆਪਾਂ ਨੂੰ ਫਾਇਦਾ ਹੀ ਹੈ ਜੀ, ਡਰਾ 'ਤੇ ਆਪਣਾ ਨਾਮ ਆ ਗਿਆ, ਇੰਨਾ ਬਹੁਤ ਹੈ ਜੀ। ਬਾਕੀ ਆਪਣਾ ਜੋ ਹੈ ਸੇਲ 'ਚ ਵਾਧਾ ਹੋ ਜਾਂਦਾ ਜੀ। ਆਪਣੇ 3 ਕਾਊਂਟਰ ਹੈ, ਕਿਸੇ ਵੀ ਕਾਊਂਟਰ ਤੋਂ ਤੁਸੀਂ ਟਿਕਟ ਲੈ ਸਕਦੇ ਹੋ, ਸਾਡੀ ਸਟੈਂਪ ਪਿੱਛੇ ਲੱਗੀ ਹੁੰਦੀ ਹੈ ਜੀ, ਕਿਸੇ ਵੀ ਕਾਊਂਟਰ ਤੋਂ ਟਿਕਟ ਲੈ ਸਕਦੇ ਹੋ ਸਾਡੀ। ਅੱਛਾ, ਜਿਹੜੇ ਬੰਦੇ ਨੂੰ 10 ਲੱਖ ਦਾ ਇਨਾਮ ਨਿਕਲਿਆ ਉਹਦੇ ਲਾਟਰੀ ਨੰਬਰ ਹੈਗਾ ਤੁਹਾਡੇ ਕੋਲ? ਹਾਂਜੀ, ਆਪਣੇ ਕੋਲ ਡਰਾ 'ਤੇ ਉੱਪਰ ਪੂਰਾ ਮੈਨਸ਼ਨ ਕੀਤਾ ਹੁੰਦਾ ਜੀ, ਆਪਣਾ ਬਿੱਲ ਹੁੰਦਾ, ਇਹ ਨੰਬਰ 'ਤੇ ਡਰਾ ਲੱਗਿਆ ਜੀ, 77-56-41 'ਤੇ। 77-56-41 ਹਾਂਜੀ ਹਾਂਜੀ ਹਾਂਜੀ, ਲਾਸਟ ਵਾਲਾ ਨੰਬਰ ਤੋਂ। ਹਾਂਜੀ ਹਾਂਜੀ, ਤੋ ਇਸ ਲਈ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਸਾਰੇ ਆਪਣੀ ਆਪਣੀ ਟਿਕਟ ਚੈੱਕ ਕਰਾਓ, ਪਿੱਛੇ ਸਾਡੀ ਸਟੈਂਪ ਲੱਗੀ ਹੋਈ ਹੈ, ਸਾਡੀ ਸਟੈਂਪ ਵਾਲੀ ਕੋਈ ਵੀ ਟਿਕਟ ਕਿਸੇ ਕੋਲ ਵੀ ਹੈ, ਕਿਤੋਂ ਵੀ ਲਈ ਹੈ, ਸਾਡੇ ਕੋਲ ਜ਼ਰੂਰ ਆ ਕੇ ਚੈੱਕ ਕਰਵਾਓ ਜੀ। ਠੀਕ ਹੈ, ਤਾਂ ਬਿਲਕੁਲ ਦੱਸ ਦਈਏ ਕਿ ਹਾਂਜੀ, ਹੁਣ ਸਾਡੇ ਕੋਲ ਤੁਸੀਂ ਅਗਲੇ ਡਰਾ ਵੀ ਲੈ ਸਕਦੇ ਹੋ, ਜਿਹਦੇ ਵਿੱਚ 1.5 ਕਰੋੜ ਦਾ ਡਰਾ ਹੈ, ਇਹ 7 ਤਰੀਕ ਨੂੰ ਨਿਕਲ ਰਿਹਾ ਜੀ, 5ਵੇਂ ਮਹੀਨੇ ਦੀ। ਉਸ ਤੋਂ ਬਾਅਦ 2.5 ਕਰੋੜ ਦਾ ਨੈਕਸਟ ਡਰਾ 11-5 ਨੂੰ ਨਿਕਲ ਰਿਹਾ। ਇਸ ਲਈ ਹਾਂਜੀ, ਹੋ ਸਕਦੇ ਹੋ ਅਗਲੇ ਕਰੋੜਪਤੀ ਤੁਸੀਂ ਹੋਵੋ, ਇਸ ਲਈ ਸਾਡੇ ਕਾਊਂਟਰਾਂ ਤੋਂ ਟਿਕਟ ਜ਼ਰੂਰ ਲਓ ਆ ਕੇ।
ਚਲੋ ਇਹ ਵੀ ਠੀਕ ਹੈ, ਤੁਹਾਨੂੰ ਇਹ ਵੀ ਲੋਕਾਂ ਨੂੰ ਅਪੀਲ ਕਰ ਦਿੰਦੇ ਹਾਂ। ਤਾਂ ਦੱਸ ਦਈਏ ਕਿ 10 ਲੱਖ ਰੁਪਏ ਦਾ ਵਿਸਾਖੀ ਬੰਪਰ ਜਲਾਲਾਬਾਦ ਦੇ ਵਿੱਚ ਨਿਕਲਿਆ ਕਰਨ ਲਾਟਰੀ ਸਟਾਲ ਤੋਂ, PNB ਬੈਂਕ ਦੇ ਬਿਲਕੁਲ ਸਾਹਮਣੇ 10 ਲੱਖ ਦਾ ਇੱਥੋਂ ਡਰਾਅ ਜਿਹੜਾ ਹੈਗਾ ਉਹ ਨਿਕਲਿਆ। ਲੇਕਿਨ ਜਿਸ ਸ਼ਖਸ ਨੇ ਟਿਕਟ ਖਰੀਦੀ ਸੀ ਇਹ ਵੀ ਦੱਸਦੇ ਕਿ ਪਰਸੋਂ ਹੀ ਖਰੀਦੀ ਸੀ, ਪਰਸੋਂ ਟਿਕਟ ਖਰੀਦੀ ਸੀ ਔਰ ਅੱਜ ਜਿਹੜਾ ਉਸ ਨੂੰ ਬੀਤੀ ਰਾਤ ਜਿਹੜਾ ਹੈਗਾ ਉਸ ਦਾ ਇਨਾਮ ਲੱਗਾ 10 ਲੱਖ ਰੁਪਏ ਦਾ। ਟਿਕਟ ਨੰਬਰ ਹੈਗਾ ਅਖਬਾਰ ਦੇ ਵਿੱਚ ਵੀ ਆ ਚੁੱਕਿਆ, ਲੇਕਿਨ ਮਾਲਕ ਜਿਹੜਾ ਹੈਗਾ ਉਸ ਦੀ ਭਾਲ ਕੀਤੀ ਜਾ ਰਹੀ ਹੈ ਕਿ ਇਹ ਲਾਟਰੀ ਜਿਹੜੀ ਹੈ ਉਹ ਕਿਸ ਨੂੰ ਨਿਕਲੀ ਹੈ। ਫਿਲਹਾਲ ਹਜੇ ਮਾਲਕ ਦਾ ਕੁਛ ਪਤਾ ਨਹੀਂ ਲੱਗਿਆ। ਤਾਂ ਕਰਨ ਲਾਟਰੀ ਸਟਾਲ ਦੇ ਵੱਲੋਂ ਵੀ ਜਿਹੜਾ ਕਿ ਅਪੀਲ ਕੀਤੀ ਜਾਂਦੀ ਹੈ ਕਿ ਜਿਹੜੇ ਲੋਕਾਂ ਨੇ ਇਹਨਾਂ ਤੋਂ ਲਾਟਰੀ ਖਰੀਦੀ ਹੈ ਉਹ ਇੱਕ ਵਾਰ ਉਸ ਨੂੰ ਚੈੱਕ ਜਿਹੜਾ ਹੈਗਾ ਆਪਣੇ ਪੱਧਰ 'ਤੇ ਜਾਂ ਫਿਰ ਇੱਥੇ ਆ ਕੇ ਜ਼ਰੂਰ ਕਰਾ ਲੈਣ। ਤਾਂ 10 ਲੱਖ ਰੁਪਏ ਦਾ ਇਨਾਮ ਜਲਾਲਾਬਾਦ ਦੇ ਵਿੱਚ ਕਰਨ ਲਾਟਰੀ ਸਟਾਲ ਤੋਂ ਨਿਕਲਿਆ। ਤਾਂ ਜਿਸ ਸ਼ਖਸ ਨੂੰ ਵੀ ਇਨਾਮ ਨਿਕਲਿਆ ਉਸ ਨੂੰ ਕਰਨ ਲਾਟਰੀ ਸਟਾਲ ਦੇ ਵੱਲੋਂ ਸਾਡੇ ਵੱਲੋਂ ਵਧਾਈਆਂ।